ਤੁਸੀਂ ਦੇਖ ਰਹੇ ਹੋ ਪੰਜਾਬੀ ਗਰੂਵਸ ਤੇ ਅੱਜ ਫੇਰ ਇੱਕ ਵਾਰੀ ਸਵਾਗਤ ਹੈ ਇੱਕ ਨਵੀਂ ਅਪਡੇਟ ਦੇ ਨਾਲ। ਤੇ ਦੋਸਤੋ ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੇ ਸਭ ਤੋਂ ਸਕਸੈਸਫੁਲ ਡਾਇਰੈਕਟਰ ਦੀ, ਜਿਨ੍ਹਾਂ ਨੇ ਪੰਜਾਬੀ ਸਿਨੇਮੇ ਨੂੰ ਇੱਕ ਬਹੁਤ ਉਚਾਈਆਂ ਤੇ ਪਹੁੰਚਾਇਆ। ਤੇ ਜੇ ਆਪਾਂ ਕਾਮੇਡੀ ਫਿਲਮਾਂ ਦੀ ਗੱਲ ਕਰਦੇ ਹਾਂ ਤਾਂ ਆਈ ਥਿੰਕ ਇਹਨਾਂ ਤੋਂ ਉੱਤੇ ਪੰਜਾਬ 'ਚ ਕੋਈ ਨਹੀਂ। ਜੀ ਆਪਾਂ ਗੱਲ ਕਰ ਰਹੇ ਹਾਂ ਵਨ ਐਂਡ ਓਨਲੀ ਸਮੀਪ ਕੰਗ ਦੀ। ਤੇ ਇਹਨਾਂ ਨੇ ਕੈਰੀ ਔਨ ਜੱਟਾ ਵਰਗੀਆਂ ਫਿਲਮਾਂ ਦੇ ਕੇ ਇਹ ਸਾਬਿਤ ਕਰ ਦਿੱਤਾ ਕਿ ਇਹਨਾਂ ਵਰਗੀ ਕਾਮੇਡੀ ਫਿਲਮ ਤਾਂ ਕੋਈ ਪੰਜਾਬ 'ਚ ਹੋਰ ਬਣਾ ਹੀ ਨਹੀਂ ਸਕਦਾ। ਅਤੇ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਜੋੜੀ ਦੀ, ਇੱਕ ਐਕਟਰ ਅਤੇ ਇੱਕ ਡਾਇਰੈਕਟਰ ਦੀ ਜੋੜੀ ਦੀ। ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਭ ਤੋਂ ਵੱਧ ਹਸਾਨ ਵਾਲਾ ਕਲਾਕਾਰ, ਉਹ ਵੀ ਮੇਰੇ ਦਿਮਾਗ 'ਚ ਬਿੰਨੂ ਢਿੱਲੋਂ ਆਉਂਦਾ। ਅਤੇ ਸੋਚੋ ਜੇ ਇਹਨਾਂ ਦੋਨਾਂ ਦੀ ਇਕੱਠਿਆਂ ਦੀ ਫਿਲਮ ਆਵੇ ਜਿਹਨੂੰ ਡਾਇਰੈਕਟ ਕਰਨ ਸਮੀਪ ਕੰਗ ਅਤੇ ਜਿਹਦੇ ਵਿੱਚ ਹੀਰੋ ਹੋਣ ਬਿੰਨੂ ਢਿੱਲੋਂ, ਤਾਂ ਸੁਣਨ 'ਚ ਹੀ ਕਿੰਨਾ ਮਜ਼ਾ ਆ ਰਿਹਾ। ਅਤੇ ਦੋਸਤੋ ਅੱਜ ਹੀ ਇੱਕ ਪੋਸਟਰ ਰਾਹੀਂ ਇਹਨਾਂ ਨੇ ਦੱਸਿਆ ਕਿ ਇਹ ਦੋਨੋਂ ਮਿਲ ਕੇ ਇੱਕ ਬਹੁਤ ਜਲਦੀ ਫਿਲਮ ਲੈ ਕੇ ਆ ਰਹੇ ਨੇ ਜਿਹਦਾ ਨਾਮ ਹੈ ਭੂਤ ਜੀ। ਇਹ ਪੋਸਟਰ ਦੇ ਵਿੱਚ ਇਹਨਾਂ ਨੇ ਲਿਖਿਆ ਭਾਈ ਡਰਾਵਾਂਗੇ ਵੀ ਅਤੇ ਹਸਾਵਾਂਗੇ ਵੀ। ਅਤੇ ਇਹ ਪੋਸਟਰ ਆਪਣੇ ਆਪ 'ਚ ਹੀ ਦੱਸ ਰਿਹਾ ਕਿ ਫਿਲਮ ਕਿੱਦਾਂ ਦੀ ਹੋਊਗੀ। ਇਹ ਫਿਲਮ ਨੂੰ ਡਾਇਰੈਕਟ ਕਰਨਗੇ ਸਮੀਪ ਕੰਗ ਅਤੇ ਇਹਦੇ ਵਿੱਚ ਮੇਨ ਲੀਡ 'ਤੇ ਹੋਣਗੇ ਬਿੰਨੂ ਢਿੱਲੋਂ। ਅਤੇ ਇਹ ਫਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਬਲਵਿੰਦਰ ਕੌਰ ਕਾਹਲੋਂ ਅਤੇ ਸਮੀਪ ਕੰਗ। ਇਹਦੇ ਸਟੋਰੀ ਸਕ੍ਰੀਨ ਪਲੇ ਲਿਖੇ ਨੇ ਵੈਭਵ ਅਤੇ ਸ਼੍ਰੇਆ ਨੇ, ਡਾਇਲੋਗ ਲਿਖੇ ਨੇ ਰਾਜੂ ਵਰਮਾ ਨੇ। ਇਸ ਵਿੱਚ ਐਸੋਸੀਏਟ ਡਾਇਰੈਕਟਰ ਨੇ ਸਤਿੰਦਰ ਸਿੰਘ ਦੇਵ ਅਤੇ ਮਿਊਜ਼ਿਕ ਹੋਊਗਾ ਡਾਇਮੰਡ ਸਟਾਰ ਵਰਲਡ ਵਾਈਡ 'ਤੇ। ਅਤੇ ਇਸ ਨੂੰ ਡਿਸਟ੍ਰੀਬਿਊਟ ਕਰ ਰਹੇ ਨੇ ਓਮਜੀ ਸਟਾਰ ਸਟੂਡੀਓ। ਅਤੇ ਦੋਸਤੋ ਪੋਸਟਰ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਫਿਲਮ 11 ਜੂਨ 2021 ਦੇ ਵਿੱਚ ਰਿਲੀਜ਼ ਕੀਤੀ ਜਾਊਗੀ। ਤਾਂ ਦੋਸਤੋ ਹੁਣ ਇੰਤਜ਼ਾਰ ਰਹੂਗਾ ਇਸ ਕਮਾਲ ਦੀ ਜੋੜੀ ਦਾ ਕੰਮ ਵੱਡੇ ਪਰਦੇ 'ਤੇ ਆਉਣ ਲਈ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਦੋਸਤੋ ਕਿ ਇਹ ਜ਼ੋਨਰ ਤੋਂ ਕੁਛ ਡਿਫਰੈਂਟ ਕਰ ਰਹੇ ਨੇ, ਯਾਨੀ ਕਿ ਪੰਜਾਬੀ ਸਿਨੇਮਾ ਦੇ ਵਿੱਚ ਕਾਮੇਡੀ 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 ਬਹੁਤ ਆ ਰਹੀ ਹੈ ਅਤੇ ਹੁਣ ਕੁਛ ਟਾਈਮ ਤੋਂ ਐਕਸ਼ਨ ਵੀ ਆਉਣ ਲੱਗਿਆ, ਪਰ ਹੋਰਰ ਪਲੱਸ ਕਾਮੇਡੀ ਇਹ ਕੰਬੀਨੇਸ਼ਨ ਹਾਲ ਤੱਕ ਦੇਖਣ ਨੂੰ ਨਹੀਂ ਮਿਲਿਆ। ਅਤੇ ਇਹ ਫਿਲਮ ਬਹੁਤ ਮੰਜੇ ਹੋਏ ਕਲਾਕਾਰਾਂ ਦੇ ਨਾਲ ਬਹੁਤ ਹੀ ਟੈਲੈਂਟਡ ਡਾਇਰੈਕਟਰ ਬਣਾ ਰਹੇ ਨੇ, ਤਾਂ ਉਮੀਦ ਕਰਦੇ ਹਾਂ ਕਿ ਫਿਲਮ ਵਿੱਚ ਦੇਖਣ ਨੂੰ ਬਹੁਤ ਕੁਛ ਮਿਲੂਗਾ। ਤਾਂ ਦੋਸਤੋ ਤੁਸੀਂ ਇਸ ਜੋੜੀ ਨੂੰ ਲੈ ਕੇ ਕਿੰਨੇ ਐਕਸਾਈਟਮੈਂਟ ਹੋ ਅਤੇ ਇਸ ਜ਼ੋਨਰ ਨੂੰ ਲੈ ਕੇ ਕਿੰਨੇ ਐਕਸਾਈਟਮੈਂਟ ਹੋ, ਇਹ ਗੱਲ ਸਾਡੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ। ਅਤੇ ਇਸੇ ਤਰ੍ਹਾਂ ਨਵੀਂ ਨਵੀਂ ਅਪਡੇਟ ਲੈਣ ਲਈ ਸਬਸਕ੍ਰਾਈਬ ਕਰੋ ਪੰਜਾਬੀ ਗਰੂਵਸ ਅਤੇ ਬੈੱਲ ਵਾਲਾ ਆਈਕਨ ਦਬਣਾ ਬਿਲਕੁਲ ਵੀ ਨਹੀਂ ਭੁੱਲਣਾ। ਜਲਦੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ।